बिस्मिल्लाह रहमान रहीम। अस्सलाम वालेकुम मेरे प्यारे बहन भाइयों, कैसे हैं आप सब? उम्मीद करता हूँ कि मेरे तमाम बहन भाई खैरियत से होंगे और अल्लाह ताला से दुआ है कि अल्लाह ताला मेरे तमाम बहन भाइयों को अपने हिस्सों ईमान में रखे। अल्लाह ताला की रहमत करम फजल और शुक्र से आज की अपनी छोटी सी वीडियो को करते हैं आगाज और आप सबको कहते हैं खुश हमारी। आज की हमारी वीडियो कुछ इस तरह की है कि मैं और मामू जुहैर गए हुए थे जरा शहर में, छोटा सा काम है। हम वापसी आ रहे थे तो रस्ते में एक शुगल देखा है हमने, ये साथ ही हमारे गाँव है, उस गांव में ना वो अहाते का बंदा झगड़ा शुरू हो गया था। जब मामू जुहैर ने देखा तो मामू ने कहा यार मुजम्मन ये आने वाली मैंने सलामियां जीडिया देनिया शुरू कर दी इन्होंने पिंड आया ने अजय इतने मैंने दो दिन ही होए इतने पिंड च आया तो सलामियां भाई जी शुरू भी हो गई ने। रस्ते च खैर उन्होंने तो जरा मामला सी उसे चलता अभी तो फिर आ गया घर, क्योंकि मामू की फिर तबीयत उस तरह की थी। तो मामू भी वैसे आखन लगे भी यार ये ना इन्हें मुड़ मुड़ के मुकम्मल आ जाना हूँ साड़ी ना कोई मननी इन्हों एक जरा ना अपना कोई सिर पोले कर लैन दौ आ जा तू एक दफा की कोशिश कर ली उन्होंने छड़ा दी बात तू बेहतर भी आ जा चलिए तेरा फिर टुर के चार तो आ जाए। तो बाकी मजीद और मामू को पूछते हैं जट्टा तो यही तो रौले ने सब तो व्डे साढ़े उन्होंने निका ज्याता से जी जो जनाब वो सिर पड़ी होंगे एक दूसरे से मेरा एक बीबी ने बेचारे डिग पी सी डिग पी बेचारी मतलब गल जी वजह तो लड़ रहे हाँ जी जो तनाजा उसे देखे जी जी वो चीज पर हस रही है मेरे को पूछे नहीं तू कि हालत यही हक भी यही सी आता दसता मैं फलानी पार्टी जिदे वालों जाता वो चुप करके कबूल कर लेता दूजा बंदा जरा सबर शुक्र कर कलम फाड़ के जो मर्जी लिखी जा सट लग गई वाह लग गई डिग पे जे अल्लाह प्यारी हो जाए अगे भी होना आता मुगल सोचना नहीं चीज मेरी है या नहीं आई समझ जंग ला देनी जंगा नुकसान होंगे तलीम दी कमी है नहीं यकीन करो पढ़े लिखे यार मेरी गल कित कितने नौकरी लगे मैं अज तक पढ़िया बंदा लड़ता नहीं किसी के हाथ से झांबा है गन जो पूरा पिंड साफ सी
ਇੰਨੀਆਂ ਇੱਟਾਂ ਹੀ ਨਹੀਂ ਸਾਨੂੰ ਲੱਭਣੀਆਂ ਕਬਰਾਂ ਬਣਾਉਣ ਵਾਸਤੇ। ਸਹੀ ਗੱਲ ਹੈ, ਪੱਠੇ ਗੌਰਮੈਂਟ ਬੰਦ ਕਰਾਈ ਜਾਂਦੀ ਉੱਥੇ ਮੱਚੇ ਸਾਡਾ। ਹਾਂ ਯਕੀਨ ਕਰ ਕੋਈ ਹਥਿਆਰ ਹੁੰਦਾ ਨਾ ਉਹਨਾਂ ਦੇ, ਓਏ ਹੋਏ ਤਬਾਈ ਸੀ ਉਹਨਾਂ ਦੇ, ਆਏ ਛੱਟੇ ਹੀ ਫੇਰੀ ਆਉਣੇ ਸਨ ਜਿਵੇਂ ਅੱਜ ਕੰਬਲਿਆਂ। ਇਹ ਨਹੀਂ ਵੇਖਿਆ ਵੀ ਯਾਰ ਕਿਸੇ ਦੀ ਮਾਂ ਹੈ ਭੈਣ ਹੈ, ਇਹਨੂੰ ਤੇ ਬੁਲਾ ਜਾਈਏ ਅਸੀਂ। ਬਹੁਤੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਕੋਈ ਨੁਕਸਾਨ ਨਾ ਹੋ, ਬੰਦੇ ਫਿਰ ਕੋਸ਼ਿਸ਼ ਕਰਦੇ ਨੇ ਜਨਾਨੀ ਆਈ ਧਰ ਲੈਣ। ਜਨਾਨੀ ਜਿਹਦੀ ਵੀ ਆ ਯਾਰ ਸਾਡੀ ਵੀ ਕੋਈ ਲੱਗਦੀ ਹੈ ਇੱਜ਼ਤ ਹੈ, ਸਾਡੀ ਵੀ ਬਸ ਇੰਨੀ ਗੱਲ ਚ ਕਰ ਛੱਡਦੇ ਤੇ ਉਹਦਾ ਜ਼ਮੀਨ ਤੇ ਹੱਥ ਆ ਤੇ ਉੱਥੇ ਹੀ ਪਿਆ ਨਾ, ਉਹ ਕਿਹੜਾ ਦੁਬਾਰਾ ਇੰਤਕਾਲ ਅਦਾਰੇ ਚ ਵੀ ਇਹਨਾਂ ਜਾਣਾ ਤੁਸੀਂ ਬੇਸ਼ਕ ਤੇ ਚੱਲੇ ਹੋ ਕਰੀਏ ਜਾਣਾ ਤਾਂ ਪੈਣਾ ਬਿਲਕੁਲ ਵਾਕਈ ਸਹੀ ਗੱਲ ਤੂੰ ਵੇਹਦਾ ਰਵੀ ਮੇਰੀ ਗੱਲ ਬੇਸ਼ੱਕ ਦੇਖ ਲੈ ਇਹਨਾਂ ਜਨਾਨੀਆਂ ਨੇ ਇਹਨਾਂ ਨੂੰ ਮੱਤ ਦੇਣੀ ਹੈ ਜਿਹਨਾਂ ਨੂੰ ਇਸ ਸਮਝਦੇ ਨੇ ਪਾਗਲ ਇਹ ਵੀ ਤੈਨੂੰ ਮੈਂ ਦੱਸ ਦਿਆ ਉਹਨਾਂ ਨੇ ਜਿਹੜਾ ਆਖਣਾ ਹੈ ਮਰੋ ਰਿਹਾ ਤੁਹਾਡਾ ਅੱਗੇ ਕੱਖ ਨਹੀਂ ਹੁਣ ਕੋ ਬੰਦੇ ਵਿੱਚ ਪਾਓ ਇਹਦਾ ਹੱਲ ਕੱਢੋ ਇਹ ਸੁਲਾਹ ਕਰੋ ਬਹਿ ਕੇ ਇਹਦਾ ਫੈਸਲਾ ਕਰੋ ਆਪਦਾ ਜਿਹਦਾ ਬਣਦਾ ਉਹ ਲਵੋ ਜਿਹਦਾ ਨਹੀਂ ਬਣਦਾ ਉਹ ਸਬਰ ਸ਼ੁਕਰ ਕਰੋ ਹਾਂ ਇਹ ਬਿਹਤਰ ਵੀ ਇਹ ਹੋਣੀ ਹੈ ਅੱਛਾ ਅਦਾਲਤ ਜਿਹੜੀ ਹੈ ਫਿਰ ਏਡੇ ਸਿਆਣੇ ਨੇ ਇਹ ਬੰਦੇ ਜਿਹੜੇ ਨੇ ਇਹਨਾਂ ਜਨਾਨੀਆਂ ਵੀ ਮੰਨ ਲੈਣੀ ਅੱਛਾ ਜੇ ਸਿਆਣੇ ਹੋਣ ਤੇ ਮੈਂ ਨਾ ਹੁਣੇ ਮੰਨਦਾ ਮੈਂ ਤਾਂ ਕੋਸ਼ਿਸ਼ ਕੀਤੀ ਮੈਂ ਜਦੋਂ ਡਰਨਾ ਵੇਖੀਆ ਮੈਂ ਯਾਰ ਮੈਂ ਮਰੀਜ਼ ਬੰਦਾ ਇਹ ਘਰੋਂ ਬੇਕਾਰ ਹੋਏ ਨੇ ਇਹਨਾਂ ਦਾ ਪਤਾ ਕੋਈ ਨੀ ਮਹਿੰਗਾਈ ਬੜੀ ਹੈ ਦੁਨੀਆਂ ਸਾਰੀ ਬਦਲ ਗਈ ਹੈ ਸੁਲਝ ਗਈ ਨੇ ਲੇਕਿਨ ਇਹ ਜਿਹੜਾ ਸਾਡੀ ਇੱਕ ਕਬੀਲਾ ਹੈ ਨਾ ਜੱਟ ਬਰਾਦਰੀ ਦਾ ਇਹ ਨਹੀਂ ਅਜੇ ਤੱਕ ਹਾਲਾਂਕਿ ਮੁੰਡੇ ਹੋਰ ਵਗੈਰਾ ਸਾਡੇ ਪੜ੍ਹੇ ਲਿਖੇ ਨੇ ਵਕੀਲ ਵੀ ਬਣੇ ਨੇ ਬਿਲਕੁਲ ਥਾਣਿਆਂ ਵਿੱਚ ਵੀ SHO ਤੱਕ ਡਿਊਟੀਆਂ ਕਰ ਰਹੇ ਬਿਲਕੁਲ ਇਹੀ ਗੱਲ ਤੇ ਬਲਕਿ ਉਹ ਜਿਹੜੇ ਨਾ ਮਹਿਕਮਾ ਮਾਲ ਦੇ ਵਿੱਚ ਕਈ ਆਪਣੇ ਭਰਤੀ ਹੋਏ ਨੇ ਲੇਕਿਨ ਯਾਰ ਪਤਾ ਨਹੀਂ ਕਿਉਂ ਨਹੀਂ ਤਲੀਮ ਦਾ ਜਿਹੜਾ ਨਾ ਤਲੀਮ ਦਾ ਅਸਲ ਮਕਸਦ ਹੀ ਇਹ ਵੇ ਕਿ ਬੰਦਾ ਗਲਤ ਰਾਹ ਤੇ ਨਾ ਚੜੇ ਅਸਲ ਮਕਸਦ ਇਹ ਹੀ ਹੈ ਤਲੀਮ ਰੋਟੀ ਪਕਾ ਕੇ ਨਹੀਂ ਦਿੰਦੀ ਅੱਜ ਦਿਨ ਦੱਸੋ ਕਿਸੇ ਨੂੰ ਦਿੱਤੀ ਰੋਟੀ ਤਲੀਮ ਮਕਸਦ ਇਹ ਸਿੱਧੇ ਰਾਹ ਜਾਓ ਤੁਹਾਨੂੰ ਮੈਂ ਤੇ ਜਿਹੜਾ ਮਤਲਬ ਇੱਕ ਮਿਸਾਲ ਦੇਣਾ ਮੈਨੂੰ ਇਹ ਗੱਲ ਦੱਸ ਤੇਰੀ ਵੀ ਹੁਣ 40 ਸਾਲਾਂ ਦੇ ਨੇੜੇ ਹੋ ਗਈ ਜਿਹੜੇ ਕੁੱਤੇ ਦੇ ਗਲ ਪੱਟਾ ਹੋਵੇ ਉਹਨੂੰ ਕਦੀ ਕਿਸੇ ਜਿਹੜਾ ਵੱਟਾ ਮਾਰਿਆ ਨਹੀਂ ਨਾ ਮਾਰਿਆ ਭਾਵੇਂ ਜਿਵੇਂ ਦਾ ਵੀ ਉਹ ਕੁੱਤਾ ਹੋਵੇ ਰਾਖੂ ਉਹਨੂੰ ਬਲਕਿ ਬਲਦੀ ਵਾਲੇ ਗੋਲੀ ਵੀ ਨਹੀਂ ਮਾਰਦੇ ਪੜ੍ਹਾਈ ਅਗਰ ਇਸਤੇਮਾਲ ਕੀਤੀ ਜਾਂਦੀ ਨਾ ਇੱਥੇ ਹੱਥੇ ਦੇ ਉੱਤੇ ਬਹਿ ਕੇ ਇਹਦਾ ਕਾਗਜ਼ੀ ਕਾਰਵਾਈ ਦੇਖੀ ਜਾਂਦੀ ਬਿਲਕੁਲ ਅਸਲ ਕਾਗਜ਼ ਕਿਹਦੇ ਕੋਲ ਨੇ ਦੋ ਨੰਬਰ ਕਿਹਦੇ ਕੋਲ ਬਣਦਾ ਕਿਹਦਾ
अच्छा बरादरी जी हों ना उन्होंने फीस होंगी है दिल चल बेचारे मनिया ने अपन बोतल जो मेहनत भी करी दी यार जे ना बंदा कोई तो भी आखी यार तेरे थान मैं मेहनत कर ली मैं यार गां खोली है सही आखी दे यार मुक जाए लेकिन लोग ने अच्छा फिर इन्होंने पता की होंगे इन्हें दोनों पार्टियां ने एक एक बंदा ना सतान है तसली दे तेरे को अख्तियार की हाथा तू इधर चुके इधर कर देगा ना तू तहसीलदार ना तू एसी लगा है तेरे को माल महकमे का असल चक्कर है।